ਕਰੋੜਾਂ ਸਾਲ ਪਹਿਲਾਂ ਜਦੋਂ ਪਰਮਾਤਮਾ ਨੇ ਦੁਨੀਆ ਸਾਜੀ ਸੀ ਤਾਂ 84 ਲੱਖ ਜੀਵ ਜੰਤੂ ਇਸ ਧਰਤੀ 'ਤੇ ਪੈਦਾ ਕੀਤੇ। ਹਰ ਪੰਛੀ ਜਾਨਵਰ ਦੀ ਆਪਣੀ ਵਿਲੱਖਣ ਪਹਿਚਾਣ ਹੈ, ਚਾਹੇ ਉਹ ਧਰਤੀ ਦਾ ਜਾਂ ਫਿਰ ਪਾਣੀ ਦਾ ਜੀਵ ਹੈ। ਰੱਬ ਦੀ ਸੋਹਣੀ ਕੁਦਰਤ ਦੇ ਆਪਣੇ ਹੀ ਨਜ਼ਾਰੇ ਨੇ, ਪਰ ਕਈ ਜਾਨਵਰਾਂ ਦੀਆਂ ਜਾਂ ਪੰਛੀ ਦੀਆਂ ਆਦਤਾਂ ਮਨੁੱਖ ਨੇ ਧਾਰ ਲਈਆਂ। ਤੁਸੀਂ ਕਿਸੇ ਇਨਸਾਨ ਦੇ ਪਲ ਪਲ ਸੁਭਾਅ ਨੂੰ ਬਦਲਦੇ ਦੇਖ ਕੇ ਇਹ ਕਹਿੰਦੇ ਹੋਵੋਗੇ ਕਿ ਕਿਵੇਂ ਗਿਰਗਟ ਵਾਂਗ ਰੰਗ ਬਦਲਦਾ ਹੈ। ਗਿਰਗਟ ਸ਼ਬਦ ਤੁਸੀਂ ਬਹੁਤ ਵਾਰ ਸੁਣਿਆ ਹੋਣਾ, ਜੋ ਆਪਣੇ ਸਰੀਰ ਦੇ ਕਈ ਰੰਗ ਬਦਲ ਲੈਂਦਾ ਹੈ ਉਸ ਨੂੰ ਗਿਰਗਟ ਕਹਿੰਦੇ ਹਨ। ਪਰ ਇੱਕ ਹੋਰ ਇਹੋ ਜਿਹਾ ਪੰਛੀ ਹੈ ਜਿਸ ਦਾ ਨਾਮ ਸੁਰਖਾਬ ਹੈ, ਜੋ ਆਪਣੀ ਗਰਦਨ ਦੇ ਰੰਗ ਨੂੰ ਬਦਲ ਲੈਂਦਾ ਹੈ। ਗਿਰਗਟ ਦਾ ਨਾਮ ਤਾਂ ਤੁਸੀਂ ਆਮ ਹੀ ਸੁਣਿਆ ਹੋਣਾ, ਪਰ ਸੁਰਖਾਬ ਬਾਰੇ ਬਹੁਤੇ ਲੋਕ ਨਹੀਂ ਜਾਣਦੇ। ਦੇਖਦੇ ਹਾਂ ਸੁਰਖਾਬ ਦੀ ਇਹ ਵਾਇਰਲ ਵੀਡੀਓ, ਜਿਸ ਵਿੱਚ ਉਹ ਆਪਣੀ ਗਰਦਨ ਦੇ ਰੰਗਾਂ ਨੂੰ ਬਦਲਦਾ ਨਜ਼ਰ ਆ ਰਿਹਾ, ਜੋ ਦੁਨੀਆ ਦਾ ਅਨੋਖਾ ਪੰਛੀ ਹੈ। ਇਹ ਸੀ ਸੁਰਖਾਬ ਦੀ ਗੱਲ, ਜੋ ਧਰਤੀ 'ਤੇ ਰਹਿੰਦੇ ਹੋਏ ਕੁਦਰਤ ਦੇ ਵੱਖਰੇ ਨਜ਼ਾਰੇ ਨੂੰ ਦਿਖਾਉਂਦਾ ਹੈ। ਕੀ ਤੁਸੀਂ ਪਹਿਲਾਂ ਇਹ ਪੰਛੀ ਕਦੀ ਦੇਖਿਆ ਜੋ ਇਸ ਤਰ੍ਹਾਂ ਆਪਣੇ ਸਰੀਰ ਦੇ ਰੰਗ ਬਦਲ ਲੈਂਦਾ ਹੈ? ਜੇ ਹਾਂ ਤਾਂ ਆਪਣਾ ਜਵਾਬ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ।